ਅੱਜ ਤਰਨਤਾਰਨ ਸੋਹਾਲੀ ਥਾਣੇ ਤੇ ਰਾਕਟ ਨਾਲ ਹੋਇਆ ਹਮਲਾ। ਬੀਜੇਪੀ ਯਾਦਵ ਤੇ ਭਗਵੰਤ ਮਾਨ ਨੂੰ ਸੁਨੇਹਾ ਹੈ, ਤੁਸੀਂ ਜਲੰਧਰ ਵਿੱਚ ਸਿੱਖਾਂ ਨੂੰ ਬੇਘਰ ਕੀਤਾ ਤੇ ਇਹ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ। ਅਸੀਂ ਪੰਜਾਬ ਦੇ ਘਰ ਘਰ ਵਿੱਚ ਰਾਕਟ ਤੇ ਬੰਬ ਗਣਾ ਦਿੱਤੇ ਹੈ, ਜਿਹੜੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣਗੇ। ਜਿਹੜਾ ਹਲਾ ਦੇਣਗੇ ਇਸ ਹਕੂਮਤ ਦੀਆਂ। ਭਗਵੰਤ ਮਾਨ ਆ ਜਾ, ਅੱਜ ਟੱਪ ਲੈ ਪੁੱਲ ਤਰਨ ਤਾਰਨ ਦਾ, ਰੈਫਰੈਂਡਮ ਵਾਲੇ ਤੇਰਾ ਵੇਟ ਕਰ ਰਹੇ ਹੋਣਗੇ। ਸੁਨੇਹਾ ਗੁਰਭਗਵੰਤ ਸਿੰਘ ਪੰਨੂ ਦਾ, ਅੱਜ ਤਰਨ ਤਾਰਨ ਸੋਹਾਲੀ ਥਾਣੇ ਤੇ ਰਾਕਟ ਨਾਲ ਹੋਇਆ ਹਮਲਾ। ਬੀਜੇਪੀ ਯਾਦਵ ਤੇ ਭਗਵੰਤ ਮਾਨ ਨੂੰ ਸੁਨੇਹਾ ਹੈ, ਤੁਸੀਂ ਜਲੰਧਰ ਵਿੱਚ ਸਿੱਖਾਂ ਨੂੰ ਬੇਘਰ ਕੀਤਾ ਤੇ ਇਹ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ। ਅਸੀਂ ਪੰਜਾਬ ਦੇ ਘਰ ਘਰ ਵਿੱਚ ਰਾਕਟ ਤੇ ਬੰਬ ਗਣਾ ਦਿੱਤੇ ਹੈ, ਜਿਹੜੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣਗੇ। ਜਿਹੜਾ ਹਲਾ ਦੇਣਗੇ ਇਸ ਹਕੂਮਤ ਦੀਆਂ। ਭਗਵੰਤ ਮਾਨ ਆ ਜਾ, ਅੱਜ ਟੱਪ ਲੈ ਪੁੱਲ ਤਰਨ ਤਾਰਨ ਦਾ, ਰੈਫਰੈਂਡਮ ਵਾਲੇ ਤੇਰਾ ਵੇਟ ਕਰ ਰਹੇ ਹੋਣਗੇ। ਸੁਨੇਹਾ ਗੁਰਭਗਵੰਤ ਸਿੰਘ ਪੰਨੂ ਦਾ, ਅੱਜ ਤਰਨ ਤਾਰਨ ਸੋਹਾਲੀ ਥਾਣੇ ਤੇ ਰਾਕਟ ਨਾਲ ਹੋਇਆ ਹਮਲਾ। ਬੀਜੇਪੀ ਯਾਦਵ ਤੇ ਭਗਵੰਤ ਮਾਨ ਨੂੰ ਸੁਨੇਹਾ ਹੈ, ਤੁਸੀਂ ਜਲੰਧਰ ਵਿੱਚ ਸਿੱਖਾਂ ਨੂੰ ਬੇਘਰ ਕੀਤਾ ਤੇ ਇਹ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ। ਅਸੀਂ ਪੰਜਾਬ ਦੇ ਘਰ ਘਰ ਵਿੱਚ ਰਾਕਟ ਤੇ ਬੰਬ ਗਣਾ ਦਿੱਤੇ ਹੈ, ਜਿਹੜੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣਗੇ। ਜਿਹੜਾ ਹਲਾ ਦੇਣਗੇ ਇਸ ਹਕੂਮਤ ਦੀਆਂ। ਭਗਵੰਤ ਮਾਨ ਆ ਜਾ, ਅੱਜ ਟੱਪ ਲੈ ਪੁੱਲ ਤਰਨ ਤਾਰਨ ਦਾ, ਰੈਫਰੈਂਡਮ ਵਾਲੇ ਤੇਰਾ ਵੇਟ ਕਰ ਰਹੇ ਹੋਣਗੇ। ਸੁਨੇਹਾ ਗੁਰਭਗਵੰਤ ਸਿੰਘ ਪੰਨੂ ਦਾ, ਅੱਜ ਤਰਨ ਤਾਰਨ ਸੋਹਾਲੀ ਥਾਣੇ ਤੇ ਰਾਕਟ ਨਾਲ ਹੋਇਆ ਹਮਲਾ। ਬੀਜੇਪੀ ਯਾਦਵ ਤੇ ਭਗਵੰਤ ਮਾਨ ਨੂੰ ਸੁਨੇਹਾ ਹੈ, ਤੁਸੀਂ ਜਲੰਧਰ ਵਿੱਚ ਸਿੱਖਾਂ ਨੂੰ ਬੇਘਰ ਕੀਤਾ ਤੇ ਇਹ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ। ਅਸੀਂ ਪੰਜਾਬ ਦੇ ਘਰ ਘਰ ਵਿੱਚ ਰਾਕਟ ਤੇ ਬੰਬ ਗਣਾ ਦਿੱਤੇ ਹੈ, ਜਿਹੜੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣਗੇ। ਜਿਹੜਾ ਹਲਾ ਦੇਣਗੇ ਇਸ ਹਕੂਮਤ ਦੀਆਂ। ਭਗਵੰਤ ਮਾਨ ਆ ਜਾ, ਅੱਜ ਟੱਪ ਲੈ ਪੁੱਲ ਤਰਨ ਤਾਰਨ ਦਾ, ਰੈਫਰੈਂਡਮ ਵਾਲੇ ਤੇਰਾ ਵੇਟ ਕਰ ਰਹੇ ਹੋਣਗੇ। ਸੁਨੇਹਾ ਗੁਰਭਗਵੰਤ ਸਿੰਘ ਪੰਨੂ ਦਾ, ਅੱਜ ਤਰਨ ਤਾਰਨ ਸੋਹਾਲੀ ਥਾਣੇ ਤੇ ਰਾਕਟ ਨਾਲ ਹੋਇਆ ਹਮਲਾ। ਬੀਜੇਪੀ ਯਾਦਵ ਤੇ ਭਗਵੰਤ ਮਾਨ ਨੂੰ ਸੁਨੇਹਾ ਹੈ, ਤੁਸੀਂ ਜਲੰਧਰ ਵਿੱਚ ਸਿੱਖਾਂ ਨੂੰ ਬੇਘਰ ਕੀਤਾ ਤੇ ਇਹ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ। ਅਸੀਂ ਪੰਜਾਬ ਦੇ ਘਰ ਘਰ ਵਿੱਚ ਰਾਕਟ ਤੇ ਬੰਬ ਗਣਾ ਦਿੱਤੇ ਹੈ, ਜਿਹੜੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣਗੇ। ਜਿਹੜਾ ਹਲਾ ਦੇਣਗੇ ਇਸ ਹਕੂਮਤ ਦੀਆਂ। ਭਗਵੰਤ ਮਾਨ ਆ ਜਾ, ਅੱਜ ਟੱਪ ਲੈ ਪੁੱਲ ਤਰਨ ਤਾਰਨ ਦਾ, ਰੈਫਰੈਂਡਮ ਵਾਲੇ ਤੇਰਾ ਵੇਟ ਕਰ ਰਹੇ ਹੋਣਗੇ। ਸੁਨੇਹਾ ਗੁਰਭਗਵੰਤ ਸਿੰਘ ਪੰਨੂ ਦਾ।